ਲੈ ਵੀ ਗੱਡੀ ਆ ਗਈ ਨਵੀਂ ਥਾਰ ਕਢਾ ਲਿਆਏ ਬੱਲੇ ਬੱਲੇ ਹੋ ਗਈ ਜੱਟ ਨੂੰ ਵਧਾਈਆਂ ਦੇ ਦੀਏ ਜੱਟ ਜੀ ਆਜੋ ਬਾਹਰ ठोक ठोक के वधाइयां गगन भरा दे दियो गगन भरा ने थार ले ली नवी सारे सरप्राइज देता है मैं भी नहीं दसिया इन्हें हाँ कही जाए तेन दिखा कुछ दिखा कुछ दिखा कुछ चक फटे दिते देख लो ब्लैक कलर की कढ़ा के लिया गगन अजय मैं कहना सी मैं लैके आनी गगन ने मोर्चा पहले ही मार दिता चक फटे दिते गगन भरा दी थार 4x2 गगन ने चुप चपीते ने गगन सारी रात मैसेज ही पढ़दा एक जना पांच मैसेज करियो गगन भरा नूं सारे सारे बहुत प्यार करदे आ गगन भरा नूं सारे ने देखियो किदां दीआं वधाईआं देणीआं आ नंबर गगन आ वी गया गड्डी दा नंबर आ गया हुण ते उदों ही दे दिंदे आ हना दे दे नंबर नाल नाल ही हां चला के भी देखदा आ नंघ ही लैंदे दूजी नूं वधाइयां जी वधाइयां चला के भी देखदे आ अंदरों भी वेखदे आ गगन भरा दी थार आ स्पैशल ऐवें थोड़ा माड़ी मोटी गल थोड़ा गगन काली रंग की थार छूकिया करूगी है ताड़े फिर एरिए है क्या बात है क्या बात है मैं उदन हजे ट्राई लैके आया सी इहदी ते अपने कोल पहुंच ही गई है पिछे भी सारिया अपनियां सीटां सुटा जिदा रखण नूं ना पर बनवाए सी ना पिछे इधर दे ओ पिछे याद अच्छा ये पिछे देते उन्होंने पिछे देते अच्छा आ मगर मैं तो देखे ही नहीं ये ओ तंडा पड़ा हो गया मैनुअल 4x2 ओके आ गए सत गेर है सारे टब्बर ने बह के मथा टेकन गए अच्छा अच्छा हुंदा ही यार चार नवी नवी गड्डी दा हुण कला डल्ला हो के चला के देखदा चलदी बहुत वधिया यार थार जिहड़ी इह कढ़ती आ ना ਇਦਾਂ ਸ਼ਹਿਰ ਸ਼ੂਰ ਚ ਕਿਤੇ ਆਉਣ ਜਾਣ ਨੂੰ ਉਹ ਉਹਦੇ ਲਈ ਬਹੁਤ ਵਧੀਆ ਗੱਡੀ ਹੈ ਦੇਖੇ ਇਹ ਜੰਮ ਕੇ ਚੱਲਦੀ ਆ ਪੂਰੀ ਪਿਕਅਪ ਇਹ ਆ ਸਾਡੇ ਗਗਨ ਭਰਾ ਦੀ ਥਾਰ ਪਾ ਦਿਓ ਰੋੜਾ ਸਾਰੇ ਏਰੀਏ ਚ ਗਗਨ ਭਰਾ ਨੇ ਥਾਰ ਲੈ ਲਈ ਆ ਵਧਾਈਆਂ ਦੇ ਨਾ ਰਿਕਾਰਡ ਤੋੜ ਦਿਓ ਵਧਾਈਆਂ ਦੇ ਦੇ ਕੇ ਗਗਨ ਸਾਰੀ ਰਾਤ ਕਮੈਂਟ ਹੀ ਪੜੀ ਜਾਵੇ ਬਸ ਸਾਰੇ ਵਧਾਈਆਂ ਵਧਾਈਆਂ ਬੱਲੇ ਬੱਲੇ ਚੱਕ ਤੇ ਫੱਟੇ ਸਾਰਾ ਕੁਝ ਜੀ ਪਰਮਾਤਮਾ ਸਾਹਿਬ ਨੂੰ ਦੇਵੇ ਗੱਡੀਆਂ ਕਾਰਾਂ ਚਲੋ ਵੀ ਚਲੋ ਆ ਗਈ ਸਾਡੀ ਥਾਰ ਦੱਸ ਵੀ ਦੇ ਕਿੱਥੇ ਆਏ ਆ ਮਾਡਲ ਟਾਊਨ ਲੈ ਬਈ ਗੱਡੀ ਅਸੀਂ ਥਾਰ ਘਰੇ ਖੜੀ ਕਰਾਂਗੇ ਆ ਚਲਾ ਚਲੂ ਕੇ ਵੇਖ ਲਈ ਹੁਣ ਯਾਰਾ ਮੰਨਤਾ ਗਗਨ ਸਿਆ ਠੀਕ ਆ ਤੇ ਹੁਣ ਅਗੇ ਅਸੀਂ ਸ਼ਹਿਰ ਨੂੰ ਕੋ ਮਾੜਾ ਮੋਟਾ ਖਾਵਾਂਗੇ ਪੀਵਾਂਗੇ ਪਰ ਯਾਰ ਬਾਹਰੋਂ ਗਗਨ ਯਾਰ ਨਹੀਂ ਯਾਰ ਹਨਾ ਘਰੇ ਜਾ ਕੇ ਰੋਟੀ ਪੱਕੀ ਆ ਅੱਜ ਤੈਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਾਂਦੇ ਜਾਂਦੇ ਖਤਮ ਹੋ ਚੱਲਾ ਸਿਆਲ ਖਵਾਉਂਦੇ ਆ ਠੀਕ ਆ ਜੋ ਸਵਾਦ ਗਗਨ ਰੇਂਜ ਰੋਵਰ ਦਾ ਨਾ ਉਹ ਰੇਂਜ ਰੋਵਰ ਦਾ ਹੀ ਆ बारो नोइस आउंदी मौसा भी
ਕਈ ਵਾਰੀ ਨਾ ਮੈਂ ਸੈਡਾਂ ਵਾਲੇ ਸ਼ੀਸ਼ੇ ਆ ਖੋਲ ਕੇ ਚਲਾਉਂਦਾ ਨਾ ਇਹਦੇ ਛੋਕਰਾਂ ਏਅਰ ਏਅਰ ਸਸਪੈਂਸ਼ਨ ਆ ਇਹਦੀ ਇੱਦਾਂ ਆਵਾਜ਼ ਆਉਂਦੀ ਹੈ ਜਦੋਂ ਇੱਦਾਂ ਇੱਦਾਂ ਉੱਪਰ ਥੱਲੇ ਹੁੰਦੇ ਨਾ ਜੈਂਪ ਤਾਂ ਪੈਣ ਹੀ ਨਹੀਂ ਦਿੰਦੀ ਇਹ ਜਿਹੜੀ 2022-23 ਮਾਡਲ ਆ ਨਵੀਂ ਆ ਉਹ ਕੀ ਬਣਾਈ ਹੋਊਗੀ ਇਹਨਾਂ ਨੇ ਕਿਆ ਬਾਤ ਆ ਹੋ ਗਿਆ 10 ਵਜੇ ਸਾਨੂੰ 10:30 ਫਿਰ ਅੱਜ ਮਾੜੀ ਮਾੜੀ ਧੁੰਦ ਜੀ ਪੈ ਗਈ ਰਾਤ ਨੂੰ ਮਾੜਾ ਮਾੜਾ ਨਾ ਹੋ ਜਾਂਦਾ ਮੌਸਮ ਵਧੀਆ ਤੇ ਗਗਨ ਅੱਜ ਬੜਾ ਖੁਸ਼ ਗਗਨ ਕਹਿੰਦਾ ਇੱਦਾਂ ਜਦੋਂ ਭਰਾ ਮਿਲਦੇ ਆ ਨਾ ਮੈਂ ਇੱਦਾਂ ਕਰਦਾ ਇੱਦਾਂ ਕਰਦਾ ਨਾ ਗਗਨ ਕਰੀ ਹੁਣ ਮਨ ਖੁਸ਼ ਚਾਹੀ ਮੈਂ ਖੁਸ਼ ਹੋ ਨਰਦੀਪ ਤੇਰੇ ਵੱਲ ਦੇਖ ਕੇ ਯਾਰ ਹੈ ਸਹੀ ਗੱਲ ਇੱਦਾਂ ਇੱਦਾਂ ਕਰਦਾ ਮੈਂ ਹਰਦੀਪ ਖੁਸ਼ ਹੋ ਨਾ ਚਾਹੀਦਾ ਵੀ ਇੱਦਾਂ ਖੁਸ਼ ਹੋਣਾ ਚਾਹੀਦਾ ਜੇ ਸੱਜਣ ਮਿਲਣ ਸੱਜਣ ਨਹੀਂ ਮਿਲਦੇ ਭਰਾਵਾ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣ ਸੌਖੇ ਨਹੀਂ ਛੱਡਣੇ ਸੌਖੇ ਨਹੀਂ ਸਹੀ ਆ ਰਲ ਮਿਲ ਕੇ ਰਿਹਾ ਕਰੋ ਯਾਰ ਮੈਂ ਤਾਂ ਕਹਿੰਦਾ ਸਾਰੇ ਭੈਣ ਭਰਾਵਾਂ ਸਾਰੇ ਆਪਾਂ ਤਾਂ ਸਾਰਿਆਂ ਨੂੰ ਕਹੀਦਾ ਰਲ ਮਿਲ ਕੇ ਰਹੋ ਯਾਰ ਘੜੀ ਦਾ ਪਤਾ ਨਹੀਂ ਦੀਪਾ ਤੂੰ ਚੰਗਾ ਕਰੀ ਜਾ ਅਗਲਾ ਤੇਰਾ ਮਾੜਾ ਸੋਚੇ ਰੱਬ ਉਹਨਾਂ ਬੰਦਿਆਂ ਤੋਂ ਸਾਰਿਆਂ ਤੋਂ ਹੱਥ ਹੀ ਜੋੜ ਤੇ ਪਿੱਛੇ ਹੀ ਹੋ ਗਿਆ ਸਾਰਿਆਂ ਠੀਕ ਆ ਆਪਾਂ ਠੀਕ ਆ ਤਾਂ ਠੀਕ ਆ ਹਣਾ ਸਾਰਾ ਕੁਝ ਬਸ ਖਾਉਂਦੇ ਗਗਨ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਚੱਲ ਮੇਰੇ ਭਾਈ ਮੇਰੇ ਨਾਲ ਰੋਟੀ ਨਾਲ ਹੀ ਚੱਲਦੇ ਗਾ ਹਾਂ ਕਿੱਥੇ ਕਿੱਥੇ ਇੰਸਟਾ ਤੇ ਪੋਸਟ ਭਾਈ ਉਹ ਬੰਦ ਕਰਨੀ ਪੈਣੀ ਯੂਟਿਊਬ ਤੇ ਭਾਈ ਉਹ ਬੰਦ ਕਰਨੀ ਪੈਣੀ ਸਹੀ ਆ ਉਹ ਸਾਰੀਆਂ ਪੋਸਟਾਂ ਬੰਦ ਕਰਨੀਆਂ ਹੋਣਗੀਆਂ ਮੈਂ ਨਹੀਂ ਵੇਚਣੀ ਨਹੀਂ ਹੈ ਹੁਣ ਮੈਂ ਜਾ ਕੇ ਸੋਚ ਵਿਚਾਰ ਕਰੂੰਗਾ ਗਗਨ ਨੇ ਤਾਂ ਸਲਾਹ ਦੇ ਦਿੱਤੀ ਸੰਧੂ ਸਾਹਿਬ ਦੀ ਵੀ ਇੱਕ ਵਾਰੀ ਸਲਾਹ ਲੈ ਲਈਏ ਸਾਗ ਨਾਲ ਰੋਟੀ ਨਾਲ ਦਹੀਂ ਦੇ ਨਾਲ ਸਪੈਸ਼ਲ ਮੂਲੀਆਂ ਮੈਂ ਤਾਂ ਮੇਰਾ ਭਰਾ ਗਗਨ ਪਾਰਟੀ ਕਰਤੀ ਸੀ ਘਰੇ ਚੱਕ ਗਗਨ ਜਾਂਦੀ ਜਾਂਦੀ ਵਾਲੀ ਸਿਆਲ ਦਾ ਸਾਗ ਹੈਂ ਅਖੀਰਲਾ ਸਾਗ ਸਵਾਦ ਹੀ ਘਰ ਦੀ ਰੋਟੀ ਘਰ ਦੀ ਹੁੰਦੀ ਹੈ ਯਾਰ ਨਾਲ ਲਾਈ ਆਪਾਂ ਆਪਣੀ ਵਾਲੀ ਵੀਡੀਓ ਉਹ ਵੇਖਾਂਗੇ ਹੁਣ ਨਾਲ ਨਾਲ ਆਪਾਂ ਛਾਦਾ ਛਕਾਂਗੇ ਉਹ ਆਪਣਾ ਪਿਆ ਸਟੇਰਿੰਗ ਗੱਡੀ ਦਾ ਇੱਥੇ ਵਿਚਾਰਾ ਉਦੋਂ ਦਾ ਰੱਖਿਆ ਜੇ ਹੁਣ ਜਿੱਦਣ ਜੀ ਪਾਊਗੀ ਉੱਦਣ ਹੀ ਲੱਗੂਗਾ ਗਗਨ ਦਾ ਚੱਲਿਆ ਜੰਮ ਅਲੈਂਡਰ ਗਗਨ ਕਿੰਨਾ ਮਾਡਲ ਆ ਇਹ 13 ਮਾਡਲ ਆ ਯਾਰ 13 ਮਾਡਲ ਦਾ ਤਾਂ ਅੱਜ ਵੀ ਐਨ ਨਵਾਂ ਆ ਦੇਖ ਲਓ 13 ਮਾਡਲ ਲੱਗਦਾ ਹੀ ਨਹੀਂ ਇਹ ਲੱਗਦਾ ਜਿੱਦਾਂ ਨਵਾਂ ਕਢਾਇਆ ਹੁੰਦਾ ਚੱਲਦਾ ਵੀ ਬੜਾ ਸੋਹਣਾ ਹੈ ਇਹਨੇ ਕੀਤਾ ਵੀ ਲੂੰਡਾ ਵਿੱਚ ਡਾਉਂਡਾ ਲੈ ਕੇ ਚੱਲਿਆ ਗਗਨ ਚੱਲ ਠੀਕ ਆ ਫਿਰ ਕੱਲ ਨੂੰ ਮਿਲਦੇ ਆ ਓਕੇ ਠੀਕ ਆ ਕੱਲ ਨੂੰ ਮੁੰਡਿਆਂ ਨੇ ਪਾਲਟੀ ਲੈਣੀ ਤੇਰੇ ਕੋਲੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾਲਟੀ ਕੋਈ ਗੱਲ ਨਹੀਂ ਅੱਜ ਤੇ ਤੈਨੂੰ ਥਾਰ ਦੀ ਪਾਲਟੀ ਮੈਂ ਦੇ ਦਿੱਤੀ ਦੇ ਲਾ ਖੂਹ ਵਾਲੇ ਕਰਾਈ ਬਈ ਆਪਾਂ ਖੂਹ ਵਾਲੇ ਹਾਂ ਮਹਾਰਾਜ ਇੱਦਾਂ ਹੀ ਕਿਰਪਾ ਕਰੇ ਮੇਰੇ ਭਰਾ ਦੇ ਹੋਰ 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 ਸਾਰੇ ਇੱਕ ਵਾਰੀ ਰਿਕਾਰਡ ਤੋੜ ਮੈਸੇਜ ਕਰਨੇ ਸਾਰਿਆਂ ਨੇ ਸਾਰਿਆਂ ਨੂੰ ਲਵ ਜੂ ਯਾਰ ਭਰਾਵਾਂ ਨੂੰ ਧੰਨਵਾਦ ਤੁਹਾਡਾ ਵੀ ਯਾਰ ਪਿਆਰ ਦਿੱਤਾ ਇਹਨਾਂ ਤੁਸੀਂ ਮੈਨੂੰ ਦੇਖੀ ਮੈਸੇਜ ਪੜ੍ਹੀ ਤੂੰ ਚੰਗਾ ਕੱਲ ਨੂੰ ਬਹਿ ਗਏ ਮਜ਼ੇ ਨਾਲ ਰਾਤ ਨੂੰ ਸ਼ਾਂਤੀ ਨੂੰ ਰਜਾਈ 'ਚ ਬਹਿ ਗਏ ਮੈਸੇਜ ਵੇਖੀ ਕਿੱਦਾਂ ਦੇ ਆਉਂਦੇ ਗਗਨ ਲਵ ਜੂ ਸਾਰਿਆਂ ਨੂੰ ਲਵ ਜੂ ਯਾਰ ਓਕੇ ਫਿਰ ਧਿਆਨ ਨਾਲ ਜਾਈ ਬਾਹਰੋਂ ਬਾਹਰ ਓਕੇ ਓਕੇ ਬਾਹਰੋਂ ਬਾਹਰ ਖਾਈ ਵੇਖ ਓਕੇ ਬਾਏ ਬਾਏ ਠੀਕ ਆ ਦੋ ਸੁੱਤੇ ਟੂ 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 ਟੂ
सरदार बन लगा मतलब पुलिस दे विच वा अफसर हुण सरदार बन जाना चलो हुण सरदारी काम कर देनी है परना बन के रखी हुण दुद्ध निकल आए ਉੱਥੇ ਤਾਂ ਤੁਹਾਨੂੰ ਬੰਨਣਾ ਹੀ ਪੈਂਦਾ ਹੈ ਨਾ ਉਹ ਪਾਉਣੀ ਪੈਂਦੀ ਉਹਦਾ ਮੋਨਿਆਂ ਨੂੰ ਟੋਪੀ ਪਾਉਣੀ ਪੈਂਦੀ ਨਾ ਉਹ ਜਿਹੜੀ ਹੁੰਦੀ ਪੁਲਿਸ ਵਾਲਿਆਂ ਵਾਲੀ ਹਾਂ ਮੋਨੇ ਨੂੰ ਪਾਉਣੀ ਪੈਂਦੀ ਆ ਨਹੀਂ ਤਾਂ ਉੱਦਾਂ ਤਾਂ ਮੁੰਡੇ ਜ਼ਿਆਦਾ ਪੱਗ ਹੀ ਬੰਨਦੇ ਹੈ ਨਾ ਜ਼ਿਆਦਾਤਰ ਸਰਦਾਰ ਹੀ ਆ ਮਤਲਬ ਤਕਰੀਬਨ ਜਿਹੜੇ ਹਿੰਦੂ ਧਰਮ ਨੂੰ ਵੀ ਬਿਲੋਂਗ ਕਰਦੇ ਆ ਉਹ ਵੀ ਕਈ ਜਿਨ੍ਹਾਂ ਨੇ ਦਾੜੀਆਂ ਰੱਖਣੀਆਂ ਸ਼ੌਂਕ ਮਤਲਬ ਕਈ ਹੁੰਦਾ ਹੈ ਨਾ ਸ਼ੌਂਕ ਹੁੰਦਾ ਵੀ ਦਾੜੀ ਰੱਖਣੀ ਅਸੀਂ ਉਹ ਸਾਰਿਆਂ ਨੂੰ ਫਿਰ ਪੱਗ ਬੰਨਣੀ ਪੈਂਦੀ ਜਿਹਨੇ ਦਾੜੀਆਂ ਰੱਖੀਆਂ ਜਿਹੜੇ ਦਾੜੀ ਉਹਨੂੰ ਪੱਗ ਬੰਨਣੀ ਬੰਨਣੀ ਆ ਅੱਛਾ ਉਹ ਫਿਰ ਪੱਗ ਬੰਨਦੇ ਵੇ ਜਿਹਨੇ ਦਾੜੀ ਨਹੀਂ ਰੱਖਣੀ ਉਹ ਕਲੀਨ ਸ਼ੇਵ ਤੇ ਉਹ ਮਤਲਬ ਸਿਰ ਤੇ ਫਿਰ ਟੋਪੀ ਰੱਖਦਾ ਅੱਛਾ ਅੱਛਾ ਇਹ ਰੂਲ ਆ ਹਾਂ ਵੀ ਟਰਾਈ ਲੈ ਆਉਂਦੀ ਅਤੇ ਦੂਜਾ ਮੈਂ ਵੀ ਹਜੇ ਸੁੱਤਾ ਹੀ ਉੱਠਿਆ ਸੀਗਾ ਰਾਤੀ ਲੇਟ ਆਏ ਸੀਗੇ ਤਾਂ ਕਰਕੇ ਟਰਾਈ ਵੀ ਇਹਦੀ ਲਾਸਟ ਹੈ ਨਾ ਲਾਸਟ ਟਰਾਈ ਸੀ ਇਹਦੀ ਅਤੇ ਇਹ ਸਾਰਾ ਕੁਛ ਤੁਹਾਨੂੰ ਮੈਂ ਨਾ ਨੈਕਸਟ ਵੀਡੀਓ 'ਚ ਦੱਸੂੰਗਾ ਚੱਲਿਆ ਆ ਹੁਣ ਇਹਨੂੰ ਥੋੜ੍ਹੀ ਜਿਹੀ ਸਾਫ਼ ਸੂਫ ਕਰਕੇ ਸੰਧੂ ਸਾਹਿਬ ਕੋਲ ਅਤੇ ਗਾਂ ਵਾਲੀ ਵੀਡੀਓ ਜਿਹੜੀ ਆ ਸੰਧੂ ਸਾਹਿਬ ਨਾਲ ਆਊਗੀ ਇਹਦੇ ਸਪਰੇ ਮਾਰ ਕੇ ਹਟਿਆ ਸਾਰਿਆਂ ਟਾਇਰਾਂ 'ਤੇ ਹੈ ਨਾ ਇਹ ਤੋਂ ਬਾਅਦ ਪਾਣੀ ਮਾਰ ਦੇਣਾ ਆ ਅਤੇ ਰਿਮ ਬਿਲਕੁਲ ਆਪਣੇ ਨਵੇਂ ਨਿਕਲ ਆਉਣੇ ਸਾਫ਼ ਹੋ ਜਾਣੇ ਇਹਨੂੰ ਵੀ ਥੋੜ੍ਹਾ ਥੋੜ੍ਹਾ ਪਾਣੀ ਮਾਰ ਹੀ ਦੇਵਾਂ ਮਿੱਟੀ ਕਾਲੇ ਰੰਗ ਦਾ ਪੰਗਾ ਬੜਾ ਯਾਰ ਕੱਲ੍ਹ ਸਾਫ਼ ਕੀਤੀ ਸੀ ਕਿੰਨੀ ਮਿੱਟੀ ਪੈ ਜਾਂਦੀ ਆ ਮਿੱਟੀ ਤਾਂ ਚਲੋ ਸਾਰੀਆਂ ਗੱਡੀਆਂ 'ਤੇ ਪੈਂਦੀ ਆ ਕਾਲੇ ਰੰਗ ਦਾ ਇਹ ਤਾਂ ਸਭ ਤੋਂ ਵੱਡਾ ਪੰਗਾ ਆ ਮਿੱਟੀ ਝਾਕਣਾ ਪੈਂਦੀ ਆ ਹੁਣ ਇਹਨੂੰ ਲੱਗਾਂ ਪਾਣੀ ਮਾਰਨ ਮੈਂ ਤੁਸੀਂ ਰੇਂਜ ਰੋਵਰ ਨਾਲ ਗੇੜੇ ਕਾਟੋ ਕਿੱਡੀ ਜਾਂਦੇ ਹਾਂ ਇਹਨੂੰ ਵਾਰ ਵਾਰ ਦੇਖੀ ਜਾਂਦੇ ਹਾਂ ਮੈਂ ਇਹਨੂੰ ਸਾਫ਼ ਕਰੀ ਜਾਂਦਾ ਹਾਂ ਓਕੇ ਰਿਪੋਰਟ ਦੇਖਿਆ ਬਲੈਕ ਕਲਰ ਦੇ ਕਿੰਨੇ ਪੰਗੇ ਆ ਇਹ ਵੀਡੀਓ ਇੰਨੀ ਕੀ ਸੀਗੀ ਅਤੇ ਇਹ ਵੀਡੀਓ 'ਚ ਗਗਨ ਨੇ ਆਪਾਂ ਨੂੰ ਸਰਪ੍ਰਾਈਜ਼ ਦੇ ਦਿੱਤਾ ਥਾਲ ਲੈ ਆਉਂਦੀ ਆ ਅਤੇ ਆਪਾਂ ਵੀ ਇੱਕ ਨਵੀਂ ਗੱਡੀ ਲਿਆਉਣ ਲੱਗੇ ਹਾਂ ਅਤੇ ਉਹ ਤੁਹਾਨੂੰ ਸਾਰਾ ਕੁਛ ਨੈਕਸਟ ਵੀਡੀਓ ਦੇ ਵਿੱਚ ਸੰਧੂ ਸਾਹਿਬ ਕੋਲ ਮੈਂ ਕੀ ਕਰਨ ਚੱਲਾਂ ਉਹ ਵੀ ਆਉਣ ਵਾਲੀਆਂ ਨੈਕਸਟ ਵੀਡੀਓਜ਼ ਦੇ ਵਿੱਚ ਅਤੇ ਮੈਂ ਅੰਮ੍ਰਿਤਸਰ ਵੀ ਜਾਣਾ ਆ ਉਹ ਵੀ ਤੁਹਾਨੂੰ ਸਾਰਾ ਕੁਛ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਨ ਕੱਲ੍ਹ ਨੂੰ ਬਾਏ ਬਾਏ ਰੇਂਜ ਰੋਵਰ 'ਤੇ ਜਾਵਾਂਗੇ ਅੰਮ੍ਰਿਤਸਰ ਮਿਲਦੇ ਹਨ ਕੱਲ੍ਹ ਤੁਹਾਨੂੰ ਬੁਲਟ ਜਿਹਾ ਨੇ ਬੜਾ ਦੁਖੀ ਕੀਤਾ ਪਟਾਕੇ ਪਾਉਣੇ ਹੀ ਪੈਣੇ ਲੱਗਦਾ ਓਕੇ ਫਿਰ ਬਾਏ ਬਾਏ ਮਿਲਦੇ ਹਾਂ ਕੱਲ੍ਹ